ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਤੇ ਮੈਂ ਆ ਸੁਖਵਿੰਦਰ ਸ਼ੇਰ ਗੇਲਾ ਅੱਜ ਜਿਸ ਮੁੱਦੇ ਤੇ ਗੱਲਬਾਤ ਕਰਨੀ ਹੈ ਉਹ ਬਹੁਤ ਗੰਭੀਰ ਤੇ ਚਿੰਤਾਜਨਕ ਹੈ ਕਿਉਂਕਿ ਸੂਬੇ ਦੇ ਜਿਹੜੇ ਵੱਧ ਅਧਿਕਾਰ ਨੇ ਉਹਨਾਂ ਤੇ ਲਗਾਤਾਰ ਡਾਕੇ ਪੈਂਦੇ ਦਿਖਾਈ ਦੇ ਰਹੇ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਬੀਐਸਐਫ ਦਾ ਜਿਹੜਾ ਘੇਰਾ ਸੀ ਬਾਰਡਰਾਂ ਉੱਤੇ ਉਸ ਨੂੰ ਵਧਾ ਦਿੱਤਾ ਗਿਆ ਤੇ ਹੁਣ ਤੀਜੀ ਕੜੀ ਹੈ ਜਿਹੜੀ ਉਸੇ ਵੀਐਸਐਫ ਵੱਲੋਂ ਪੰਜਾਬੀ ਭਾਸ਼ਾ ਦੇ ਉੱਤੇ ਮਾਰ ਪਈ ਹੈ ਕਿਉਂਕਿ ਪੰਜਾਬੀ ਭਾਸ਼ਾ ਨੂੰ ਮੇਜਰ ਵਿਸ਼ਿਆਂ ਦੇ ਵਿੱਚੋਂ ਮਾਈਨਰ ਵਿਸ਼ੇ ਦੇ ਵਿੱਚ ਜਿਹੜਾ ਚਲੰਤ ਕਰ ਦਿੱਤਾ ਗਿਆ ਇਸ ਤਿੰਨੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ ਪ੍ਰਿੰਸੀਪਲ ਜੇਪੀ ਸਿੰਘ ਜੀ ਜੇਪੀ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਪ੍ਰਿੰਸੀਪਲ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਜਿਹੜਾ ਕਿ CBSE ਵੱਲੋਂ ਪੰਜਾਬੀ ਭਾਸ਼ਾ ਨੂੰ ਮੇਜਰ ਤੋਂ ਮਾਈਨਰ ਕਰ ਦਿੱਤਾ ਗਿਆ ਤੁਸੀਂ ਲੰਬਾ ਸਮਾਂ ਆਪ ਵੀ ਸਿੱਖਿਆ ਜਿਹੜੀ ਸਟੂਡੈਂਟਸ ਨੂੰ ਦਿੱਤੀ ਹੈ ਤੇ ਸਿੱਖਿਆ ਡਿਪਾਰਟਮੈਂਟ ਦੇ ਨਾਲ ਵੀ ਲੰਬਾ ਸਮੇਂ ਤੋਂ ਜੁੜੇ ਹੋ ਤਾਂ ਤੁਸੀਂ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਰਗਿਲ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਗੜੀ ਨੂੰ ਜੋੜਿਆ ਹੈਗਾ ਜਿਹੜੀ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਪਿਛਲੇ ਸਮਿਆਂ ਦੇ ਵਿੱਚ ਫੈਸਲੇ ਲਏ ਗਏ ਔਰ ਹੁਣ ਇਹ ਜਿਹੜਾ ਸਿੱਖਿਆ ਦੇ ਸੰਬੰਧੀ ਸਿੱਖਿਆ ਦੇ ਸਿਲੇਬਸ ਦੇ ਬਾਰੇ ਫੈਸਲਾ ਲਿਆ ਗਿਆ ਸੀਬੀਐਸਸੀ ਵੱਲੋਂ ਮੈਨੂੰ ਲੱਗਦਾ ਵੀ ਇਹ ਵੀ ਕੇਂਦਰ ਸਰਕਾਰ ਦੀ ਛਾਹ ਦੇ ਉੱਤੇ ਹੀ ਸੈਂਟਰਲ ਬੋਰਡ ਨੇ ਲਿਆ ਹੈਗਾ ਅ ਬੜਾ ਗੰਭੀਰ ਮੁੱਦਾ ਹੈ ਮੈਂ ਐਜੂਕੇਸ਼ਨ ਵਿਭਾਗ ਨਾਲ ਸੰਬੰਧਤ ਰਿਆਂ ਜੀ ਜੀ ਖਾਸ ਕਰਕੇ ਜਿਹੜੇ ਸੀਬੀਐਸਸੀ ਜਾਂ ਜਿਹੜਾ ਸਕੂਲਾਂ ਨੇ ਆਈਸੀਐਸਸੀ ਤੇ ਸੀਬੀਐਸਸੀ ਨਾਲ ਅਫੀਲੀਏਸ਼ਨ ਲੈਣੀ ਹੁੰਦੀ ਹੈ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਐਨਓਸੀ ਜਾਰੀ ਕੀਤਾ ਜਾਂਦਾ ਹੈ 노 অবਜੈਕਸ਼ਨ ਸਰਟੀਫਿਕੇਟ ਫਿਰ ਸੀਬੀਐਸਸੀ ਬੋਰਡ ਜਾਂ ਆਈਸੀਐਸਸੀ ਵਾਲੇ ਉਹਨੂੰ ਮਾਨਤਾ ਦਿੰਦੇ ਨੇ ਉਹ ਸਕੂਲ ਨੂੰ ਜਾਂ ਅਫੀਲੀਏਟ ਕਰਦੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਵੀ ਸਿਲੇਬਸ ਦੇ ਵਿੱਚ ਮੇਜਰ ਤੇ ਮਾਈਨਰ ਵਿਸ਼ਿਆਂ ਦੀ ਡਿਫਰੈਂਸ਼ੀਏਸ਼ਨ ਕਰਨੀ ਇਹ ਬਹੁਤ ਮਾੜੀ ਗੱਲ ਕੀਤੀ ਹੈ ਸੀਬੀਐਸਸੀ ਨੇ ਕੋਈ ਵੀ ਵਿਸ਼ਾ ਮਾਈਨਰ ਨਹੀਂ ਹੈ ਕਿਸੇ ਵੀ ਵਿਸ਼ੇ ਦੀ ਮਹੱਤਤਾ ਘਟ ਨਹੀਂ ਹੈ ਜੇ ਆਪਾਂ ਇੱਥੇ ਇੱਕ ਫਿਜ਼ੀਕਲ ਐਜੂਕੇਸ਼ਨ ਦਾ ਵਿਸ਼ਾ ਹੈ ਜੀ ਉਹਦੀ ਗੱਲ ਕਰੀਏ ਡਰਾਇੰਗ ਦਾ ਵਿਸ਼ਾ ਉਹਦੀ ਗੱਲ ਕਰੀਏ ਕੰਪਿਊਟਰ ਦਾ ਵਿਸ਼ਾ ਉਹਦੀ ਗੱਲ ਕਰੀਏ ਪਹਿਲਾਂ ਇਹ ਵਿਸ਼ੇ ਮਤਲਬ ਕਿ ਅ ਅੰਕਾਂ ਦੇ ਹਿਸਾਬ ਨਾਲ ਘੱਟ ਅੰਕਾਂ ਵਾਲੇ ਸੀ ਕੰਪਿਊਟਰ ਦਾ ਵਿਸ਼ਾ ਨਹੀਂ ਹੋਇਆ ਕਰਦਾ ਸੀਗਾ ਪੰਜਾਬੀ ਹਿੰਦੀ ਸਾਇੰਸ ਮੈਥਮੈਟਿਕਸ ਸੋਸ਼ਲ ਸਟੱਡੀਜ਼ ਇਹ ਵਿਸ਼ੇ ਮਹੱਤਵਪੂਰਨ ਵਿਸ਼ੇ ਹੁੰਦੇ ਸੀਗੇ ਲੇਕਿਨ ਮਾਈਨਰ ਤੇ ਮੇਜਰ ਵਾਲੀ ਗੱਲ ਕੋਈ ਨਹੀਂ ਹੈਗੀ ਸਿਲੇਬਸ ਜਿਹੜਾ ਹੁੰਦਾ ਇਹ ਉਸ ਖਿੱਤੇ ਦੇ ਕਲਚਰ ਦੇ ਹਿਸਾਬ ਨਾਲ ਬਣਾਇਆ ਜਾਂਦਾ ਸਿਲੇਬਸ ਐਵੇਂ ਨਹੀਂ ਬੰਦਾ ਜੇ ਆਪਾਂ ਇਹ ਕਹੀਏ ਵੀ ਪੰਜਾਬੀ ਜਿਹੜਾ ਲਾਜ਼ਮੀ ਵਿਸ਼ਾ ਹੈ ਉਹ ਐਵੇਂ ਹੀ ਬਣ ਗਿਆ ਹੈਗਾ ਜਿਹੜੀ ਸਾਡੀ ਮਾਤ ਭਾਸ਼ਾ ਹੈ ਪਹਿਲੀ ਗੱਲ ਤਾਂ ਪੰਜਾਬੀ ਉਹਦੀ ਕੋਈ ਮਹੱਤਤਾ ਨਹੀਂ ਹੈ ਉਹ ਇੱਕ ਮਾਈਨਰ ਵਿਸ਼ਾ ਆਏਗਾ ਇੱਕ CBSE ਵੱਲੋਂ ਕਹਿਣਾ ਬਹੁਤ ਮਾੜੀ ਗੱਲ ਹੈ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘਟ हां जे कोई ਹੋਰ ਉਹ ਲੋਕ ਜਿਹੜੇ ਸਿੱਖਿਆ ਦੇ ਨਾਲ ਸੰਬੰਧਿਤ ਨਹੀਂ ਹੈ ਉਹਨਾਂ ਦੇ ਮੂੰਹ ਚ ਕਈ ਵਾਰੀ ਇਸ ਤਰ੍ਹਾਂ ਦਾ ਲਫ਼ਜ਼ ਨਿਕਲ ਜਾਂਦਾ ਉਹ ਕੋਈ ਇੰਨੀ ਗੱਲ ਨਹੀਂ ਹੁੰਦੀ ਪਰ CBSE ਵਾਲੇ ਕਹਿਣ ਵੀ ਇਹ ਮਾਈਨਰ ਵਿਸ਼ਾ ਪੰਜਾਬੀ ਜਾਂ ਖੇਤਰੀ ਭਾਸ਼ਾਵਾਂ ਮਾਈਨਰ ਵਿਸ਼ੇ ਨੇ ਪਹਿਲੀ ਗੱਲ ਤਾਂ ਇਹ ਨਿੰਦਣਯੋਗ ਗੱਲ ਹੈ ਉਹਨਾਂ ਦੀ ਦੂਸਰੀ ਗੱਲ ਪੰਜਾਬ ਦੇ ਵਿੱਚ CBSE ਤੇ ICSE ਨਾਲ ਜਿਸ ਸਕੂਲ ਨੇ ਅਫੀਲੀਏਸ਼ਨ ਲੈਣੀ ਹੁੰਦੀ ਹੈ ਉਹਨਾਂ ਨੂੰ ਪੰਜਾਬ ਸਰਕਾਰ ਮਾਨਤਾ ਦਿੰਦੀ ਐ ਐਨਓਸੀ ਦਿੰਦੀ ਆ ਮਾਨਤਾ ਦੇਣੀ ਹੁੰਦੀ ਆ ਸੀਬੀਐਸ ਜਾਂ ਆਈਸੀਐਸੀ ਨੇ ਜਦੋਂ ਐਨਓਸੀ ਅਸੀਂ ਦਿੰਨੇ ਆ ਉਹਦੇ ਵਿੱਚ ਇਹ ਇੱਕ ਸ਼ਰਤ ਲਾਈ ਜਾਂਦੀ ਆ ਵੀ 10ਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਤੌਰ ਦੇ ਉੱਤੇ ਪੜਾਇਆ ਜਾਏਗਾ ਕਿਉਂਕਿ ਸਾਡੀ ਮਾਂ ਬੋਲੀ ਆ ਔਰ ਇਹ ਬਕਾਇਦਾ ਹਲਫੀਆ ਬਿਆਨ ਦਿੱਤਾ ਜਾਂਦਾ ਉਸ ਸਕੂਲ ਦੀ ਮੈਨੇਜਮੈਂਟ ਵੱਲੋਂ ਜਿਨ੍ਹਾਂ ਨੇ ਮਾਨਤਾ ਲੈਣੀ ਹੁੰਦੀ ਆ ਤੇ ਇਸ ਵੇਲੇ ਜਦੋਂ ਹੁਣ ਇਹ ਸਾਰਾ ਕੁਝ ਹੋ ਚੁੱਕਿਆ ਇਹ ਸੀ ਵੀ ਅਸੀਂ ਇਸ ਵਿਸ਼ੇ ਨੂੰ ਮਾਈਨਰ ਕੈਟਾਗਰੀ ਚ ਦਰਜ ਕਰ ਦਵੇ ਪੰਜਾਬੀ ਨੂੰ ਤੇ ਫਿਰ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੈ ਪੰਜਾਬੀ ਮੈਂ ਅੱਜ ਹੀ ਇੱਕ ਆਪਣੇ ਬਹੁਤ ਖਿਆਤੀ ਪ੍ਰਾਪਤ ਜਰਨਲਿਸਟ ਹਰਭਜਨ ਭੁੱਲਰ ਜੀ ਦਾ ਗੁਰਬਚਨ ਭੁੱਲਰ ਜੀ ਦਾ ਬਿਆਨ ਪੜ ਰਿਹਾ ਸੀਗਾ ਕਿਉਂਕਿ ਮੈਂ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਜਾਣਦਾ ਉਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਕਿੰਤੂ ਕੀਤਾ ਵੀ ਪਹਿਲਾਂ ਸਾਡੀ ਸਟੇਟ ਪੰਜਾਬੀ ਤਾਂ ਫੜਾ ਲਵੇ ਫੇਰ ਹੀ ਅਸੀਂ ਨਰਸਰੀ ਵਗੈਰਾ ਤੋਂ ਜਾਂ ਪਹਿਲੀ ਜਮਾਤ ਤੋਂ ਇੰਗਲਿਸ਼ ਦੇ ਬਾਰੇ ਸੋਚੀਏ ਇੰਗਲਿਸ਼ ਦਾ ਵਿਸ਼ਾ ਲਾਉਣ ਬਾਰੇ ਚਲੋ ਉਹ ਗੱਲ ਤਾਂ ਇੱਕ ਪਾਸੇ ਹੋ ਗਈ ਪਰ ਹੁਣ ਤਾਂ ਇਹਨਾਂ ਨੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਚ ਹੀ ਕਢਵਾਤਾ ਸੋ ਇਹ ਨੰਦਨਜੋਗ ਗੱਲ ਹੈ ਇਹ ਫੈਸਲਾ ਠੀਕ ਨਹੀਂ ਹੈ ਤੁਰਤ ਵਾਪਸ ਲੈਣਾ ਚਾਹੀਦਾ ਅੱਛਾ ਪ੍ਰਿੰਸੀਪਲ ਸਾਹਿਬ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾ ਜਿਹੜਾ ਬੀਐਸਐਫ ਦਾ ਘੇਰਾ ਉਸ ਨੂੰ 15 ਤੋਂ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਵਿਰੋਧੀ ਧਿਰਾਂ ਵੱਲੋਂ ਤੁਹਾਡੀ ਪਾਰਟੀ ਵੱਲੋਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਚੰਨੀ ਤੇ ਅਮੇਸ਼ਾ ਹੋਰਾਂ ਦੀ ਮੁਲਾਕਾਤ ਤੇ ਤੇ ਹੁਣ ਚਨਜੀਤ ਸਿੰਘ ਚੰਨੀ ਹੋਰਾਂ ਦਾ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦਾ ਕਿ ਇਸ ਮੁੱਦੇ ਨੂੰ ਦੁਬਾਰਾ ਵਿਚਾਰਨ ਦੀ ਲੋੜ ਹੈ ਕੇਂਦਰ ਸਰਕਾਰ ਨੂੰ ਕਿ ਕਿਉਂ ਵਧਾਇਆ ਗਿਆ ਕਿਉਂਕਿ ਇੱਕ ਤਰਕ ਵਿਰੋਧੀ ਪਾਰਟੀਆਂ ਵੱਲੋਂ ਤੁਹਾਡੀ ਪਾਰਟੀ ਅਕਾਲੀ ਦਲ ਹੋਵੇ ਜਾਂ ਤੁਹਾਡੀ ਪਾਰਟੀ ਹੋਵੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਹਾਲਾਤ ਨੇ ਜਿਹੜੇ ਉਹ ਹੋਰ ਨਾ ਸੂਬਿਆਂ ਵਰਗੇ ਨਹੀਂ ਹੈਗੇ ਜਿੱਥੇ ਬੀਐਸਬੀ ਦਾ ਅਧਿਕਾਰ ਖੇਤਰ ਜ਼ਿਆਦਾ ਹੈ ਤੁਸੀਂ ਤਾਜ਼ਾ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੇ ਨਾਲ ਸੂਬੇ ਦੇ ਜਿਹੜੇ ਵੱਧ ਅਧਿਕਾਰ ਨੇ ਉਹਨਾਂ ਉੱਤੇ ਡਾਕਾ ਹੀ ਮਾਰਿਆ ਜਾ ਰਿਹਾ ਤੁਸੀਂ ਇਸ ਤਰ੍ਹਾਂ ਦੀ ਕੁਸਪੈਟ ਕਹਿ ਸਕਦੇ ਹਾਂ ਕਿ ਅਸੀਂ ਸੂਬਿਆਂ ਦੇ ਵਿੱਚ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਕੀ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਠੀਕ ਲਫ਼ਜ਼ਾ ਜੀ ਹੈ ਕਾਇਦਾ ਕੇਂਦਰ ਸਰਕਾਰ ਵੱਲੋਂ ਸਾਡੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਛਾਪ ਹੈ ਡਾਕਾ ਹੈਗਾ ਇਹ ਦੇਖੋ ਮੈਂ ਚੰਨੀ ਜਿਹਦੇ ਬਿਆਨ ਨਾਲ ਤਾਂ ਸਹਿਮਤ ਨਹੀਂ ਹਾਂ ਸਾਡੇ ਮੁੱਖ ਮੰਤਰੀ ਨੇ ਇਸ ਵੇਲੇ ਉਹ ਜੇ ਉਹ ਕਹਿਣ ਜਾਂ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਤੇ ਮੈਨੂੰ ਲੱਗਦਾ ਵੀ ਇਹ ਤਾਂ ਇੱਕ ਉਤੇ ਉਤੇ ਲਿਪਾਪ ਕੁਚੀ ਕਰਨ ਵਾਲੀ ਗੱਲ ਹੈਗੀ ਆਪਣਾ ਪਿੱੜ ਛਡਾਉਣ ਵਾਲੀ ਗੱਲ ਹੈਗੀ ਕਿਉਂਕਿ ਇਹ ਤਾਂ ਅਧਿਕਾਰ ਖੇਤਰ ਵਧਿਆ ਹੀ ਚੰਨੀ ਦੀ ਅਮਿਤ ਸ਼ਾਹ ਤੇ ਮੋਦੀ ਸਾਹਿਬ ਨਾਲ ਮੀਟਿੰਗ ਤੋਂ ਬਾਅਦ ਹੈ ਇਹਦਾ ਮਤਲਬ ਜੇ ਮਜੂਦਾ ਮੁੱਖ ਮੰਤਰੀ ਦੇ ਜਦੋਂ ਇਹ ਮੀਟਿੰਗ ਹੋਈ ਹੈ ਉਦੋਂ ਇਹ ਵਿਸ਼ਾ ਨਹੀਂ ਵਿਚਾਰਿਆ ਗਿਆ ਤਾਂ ਇਸ ਤੋਂ ਪਹਿਲੇ ਮੁੱਖ ਮੰਤਰੀ ਜਿਹੜੇ ਗੱਲ ਕੀਤੀ ਹੋਣੀ ਆ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਮੋਦੀ ਸਾਹਿਬ ਨੂੰ ਤੇ ਅਮਿਤ ਸ਼ਾਹ ਜੀ ਨੂੰ ਮਿਲਣ ਜਾਇਆ ਕਰਦੇ ਸੀਗੇ ਔਰ ਹੁਣ ਤਾਂ ਇਹਨਾਂ ਦੀ ਆਪਸੀ ਜਿਹੜੀ ਬਿਆਨਬਾਜ਼ੀ ਤੇ ਕਾਊਂਟਰ ਜਿਹੜੇ ਅਲੀਗੇਸ਼ਨਸ ਨੇ ਉਹਨਾਂ ਤੋਂ ਤਾਂ ਸਾਫ਼ ਸਪਸ਼ਟ ਹੋ ਹੀ ਗਿਆ ਰੂਸਾ ਆਲਮ ਦੇ ਸਬੰਧ ਦੇ ਵਿੱਚ ਜਿਵੇਂ ਇਹ ਬਿਆਨਬਾਜ਼ੀਆਂ ਆ ਰਹੀਆਂ ਨੇ ਵੀ ਉਹਦਾ ਵੀਜ਼ਾ ਐਕਸਟੈਂਡ ਨੇ 16 ਸਾਲਾਂ ਦੀ ਸਟੇ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਿਨੇ ਵੀਜ਼ਾ ਐਕਸਟੈਂਡ ਕੀਤੇ ਤੇ ਆ ਉਸ ਤੋਂ ਬਾਅਦ ਜਿਹੜਾ ਇਹ 15 ਕਿਲੋਮੀਟਰ ਦੀ ਥਾਂ ਦੇ ਉੱਤੇ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਕਰ ਦੇਣਾ ਅੱਧਾ ਪੰਜਾਬ ਜਿਹੜਾ ਹੈਗਾ ਉਹ ਬੀਐਸਐਫ ਦੇ ਹਵਾਲੇ ਕਰਨ ਵਾਲੀ ਗੱਲ ਹੈ ਇਹਦੇ ਵਾਸਤੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਕੋ ਪਰਿਵਾਰੀ ਨੇ ਸਹਿ ਪਰਿਵਾਰੀ ਰਾਗਵ ਚੰਡਾ ਜੀ ਦਾ ਸਾਡੇ ਆਪਣਾ ਐਲਓਪੀ ਜਿਹੜੇ ਨੇ ਚੀਮਾ ਸਾਹਿਬ ਉਹਨਾਂ ਨੇ ਬੜਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹਦੀ ਵਿਆਖਿਆ ਕੀਤੀ ਆ ਵੀ ਬਿਲਕੁਲ ਗਲਤ ਹੈਗਾ ਤੇ ਕੇਂਦਰ ਸਰਕਾਰ ਨੂੰ ਇਹ ਫੈਸਲਾ ਤੁਰਤ ਵਾਪਸ ਲੈਣਾ ਬਣਦਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਸ਼ਾਂਤੀ ਹੈ ਇਨ ਸਰਜੀ ਇਨ ਸਰਜੈਂਸੀ ਨਹੀਂ ਹੈ ਸ਼੍ਰੀਨਗਰ ਦੇ ਵਿੱਚ ਜੱਕੇ ਹੋਰ ਸਟੇਟ ਦੀ ਤਾਂ ਆਪਾਂ ਗੱਲ ਨਹੀਂ ਕਰਦੇ ਜਿਹੜੀਆਂ ਅ ਅਸਾਮ ਵਾਲੀਆਂ ਸਟੇਟਸ ਨੇ ਉਨਾ ਦੀ ਅਸੀਂ ਗੱਲ ਨਹੀਂ ਕਰ ਰਹੇ ਲੇਕਿਨ ਪੰਜਾਬ ਐਸ ਵਲੇ ਬਿਲਕੁਲ ਪੰਜਾਬ ਦੇ ਵਿੱਚ ਸ਼ਾਂਤੀ ਹੈ ਇਨਸਰਜੈਂਸੀ ਨਾਂ ਦੀ ਕੋਈ ਚੀਜ਼ ਨਹੀਂ ਹੈ ਹਾਂ ਜੇ ਇਹਨਾਂ ਨੇ ਵਿਚਾਰਨਾ ਤੇ ਅਰੂਸਾ ਲੌਂਡੀ ਸਟੇ ਬਾਰੇ ਧਿਆਨ ਕਰਨ ਵੀ ਕੀ ਉਹ ਆਈਐਸਆਈ ਦੀ ਏਜੰਟ ਹੈ ਜਾਂ ਨਹੀਂ ਹੈ ਇਹ ਫੈਸਲਾ ਇਹਨਾਂ ਨੂੰ ਤੁਰਤ ਵਾਪਸ ਲੈਣਾ ਚਾਹੀਦਾ ਅੱਛਾ ਪ੍ਰਿੰਸੀਪਲ ਸਾਹਿਬ ਇੱਕ ਜਿਹੜੇ ਕਿਸਾਨ ਨੇ ਲਗਭਗ ਸਾਲ ਹੋ ਗਿਆ ਦਿੱਲੀ ਦੀਆਂ ਬਰੂਹਾਂ ਤੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਕਟਨਾਮਾ ਨੇ ਲਖੀਮਪੁਰ ਵਾਲੀ ਘਟਨਾ ਵਾਪਰੀ ਹੋਵੇ ਜਾਂ ਸਿੰਘੂ ਬਾਰਡਰ ਵਾਲੀ ਘਟਨਾ ਵਾਪਰੀ ਹੋਵੇ ਤੇ 2022 ਦੇ ਇਲੈਕਸ਼ਨ ਦੇ ਤੌਰ ਤੇ ਤੁਸੀਂ ਇਸ ਅੰਦੋਲਨ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸ਼ੇਰਗਿਲ ਜੀ ਜਿਹੜਾ ਤਾਂ ਕਿਸਾਨ ਐ ਐਜੂਕੇਸ਼ਨ ਮੈਨੂੰ ਲੱਗਦਾ 10 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਸ਼ੁਰੂ ਕੀਤਾ ਗਿਆ ਬਹੁਤ ਕਾਮਯਾਬੀ ਨਾਲ ਚੱਲਿਆ ਚੱਲ ਰਿਹਾ ਹੁਣ ਵੀ ਚੱਲ ਰਿਹਾ ਤੇ ਭਾਰਤ ਕੀ ਦੁਨੀਆ ਦੇ ਵਿੱਚ ਇਸ ਸੰਘਰਸ਼ ਦਾ ਨਾਅ ਹੈਗਾ ਕਿਉਂਕਿ ਬਹੁਤ ਵੱਡਾ ਸ਼ਾਂਤੀਪੂਰਵਕ ਔਰ ਯੂनाइटेड एजिटेशन ਹੈ ਜਿਹਦੇ ਵਿੱਚ ਕਾਮਯਾਬ ਹੋਈਆਂ ਨੇ ਜਥੇਬੰਦੀਆਂ ਇਸ ਇਸ਼ੂ ਨੂੰ ਵਾਰਨ ਚ ਵੀ ਕਿਸ ਤਰੀਕੇ ਨਾਲ ਕੇਂਦਰ ਦੀ ਮੋਦੀ ਸਰਕਾਰ ਸਾਡੇ ਦੇਸ਼ ਨੂੰ ਕਾਰਪੋਰੇਟ ਕਰਾਉਣਿਆਂ ਦੇ ਹਵਾਲੇ ਕਰ ਰਹੀ ਹੈ ਕਿਉਂਕਿ ਜੇ ਆਪਾਂ ਹਲ ਹਾਲ ਦੀ ਘੜੀ ਇੱਕ ਅਦੇ ਮਿੰਟ ਲਈ ਖੇਤੀ ਬਿਲਾ ਨੂੰ ਨਾ ਵਿਚਾਰੀਏ ਤੇ ਦੂਜੇ ਫੈਸਲੇ ਦੇਖ ਲਈਏ ਜਿਹੜੇ ਮੋਦੀ ਸਰਕਾਰ ਲੈ ਰਹੀ ਹੈ 에어ਪੋਰਟਸ ਜਿਹੜੇ ਇੰਡੀਆ ਦੇ ਨੇ ਉਹ ਦੇ ਰਹੇ ਨੇ ਅਡਾਨੀਆਂ ਨੂੰ ਟਾਟਿਆਂ ਨੂੰ ਅਗਲੀ ਗੱਲ ਆਪਣਾ ਜਿਹੜਾ ਵੀ ਕੋਲ ਇੰਡੀਆ ਜਿਵੇਂ ਐਲ ਆਈ ਸੀ ਹੋ ਗਈ ਜਾਂ ਹੋਰ ਜਿੰਨੀਆਂ ਵੀ ਮਹੱਤਵਪੂਰਨ ادارے ਨੇ ਜਿਹੜੇ ਪ੍ਰੋਫਿਟੇਬਲ ادارے ਸੀਗੇ ਉਹ ਵੀ ਸਾਰੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੇ ਨੇ ਹੁਣ ਇੱਥੇ ਨਿਗਾ ਜਦੋਂ ਕਾਰਪੋਰੇਟ ਘਰਾਣਿਆਂ ਦੀ ਸਾਡੀ ਖੇਤੀ ਦੇ ਉੱਤੇ ਨਿਗਾ ਪੈ ਗਈ ਕਿਉਂਕਿ ਰੋਜ਼ ਮਰਰਾ ਰੋਜ਼ ਖਪਤ ਹੋਣ ਵਾਲੀ ਚੀਜ਼ ਸਬਜੀ ਹੋ ਗਈ ਆਟਾ ਹੋ ਗਿਆ ਦਾਲਾਂ ਹੋ ਗਈਆਂ ਇਹ ਰੋਜ਼ਮਰਗਾ ਡੇਲੀ ਕੰਜ਼ੂਮੇਬਲ ਆਈਟਮਸ ਨੇ ਸੋ ਉਹਨਾਂ ਦੀ ਇਸ ਭੁੱਖ ਨੂੰ ਪੂਰਾ ਕਰਨ ਵਾਸਤੇ ਮੋਦੀ ਸਰਕਾਰ ਨੇ ਇਸ ਰਾਜਾਂ ਦੇ ਵਿਸ਼ੇ ਦੇ ਵਿੱਚ ਵੜ ਕੇ ਮੈਂ ਕਹਿੰਦਾ ਰਾਜਾਂ ਦੇ ਅਧਿਕਾਰਾਂ ਨੂੰ ਮੈਂ ਕਹਿੰਦਾ ਅਧਿਕਾਰਾਂ ਦੇ ਤੋਂ ਛਾਪਾ ਮਾਰ ਕੇ ਡਾਕਾ ਮਾਰ ਕੇ ਉਹਨਾਂ ਨੇ ਇਹ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਤੇ ਨਾਲ ਹੀ ਨਾਲ ਇਹ ਵੀ ਦੱਸਦਾ ਕਿਉਂਕਿ ਪਹਿਲਾਂ ਸਾਨੂੰ ਲੋਕਾਂ ਨੂੰ ਜਾਂ ਆਮ ਜਨ ਸਧਾਰਨ ਨੂੰ ਪਤਾ ਨਹੀਂ ਹੁੰਦਾ ਸੀਗਾ ਵੀ ਯੂਪੀ ਬਿਹਾਰ ਹੋਰ ਜੜੀਆਂ ਸਟੇਟਸ ਜੀਰੀ ਔਰ ਕਣਕ ਦੀ ਪ੍ਰੋਡਕਸ਼ਨ ਕਰਦੀਆਂ ਨੇ ਵੀ ਉੱਥੇ ਬਹੁਤ ਮਾੜੀ ਹਾਲਤ ਹੈ ਐਮਐਸਪੀ ਨਹੀਂ ਦਿੱਤੀ ਜਾ ਰਹੀ ਇਹ ਹੁਣ ਪਤਾ ਲੱਗਿਆ ਸੋ ਇਸ ਕਰਕੇ ਜਿਹੜਾ ਇਹ ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਦੇ ਨੂੰ ਦਾ ਘਾਣ ਕਰ ਰਹੀ ਹੈ ਇਹ ਬਿਲਕੁਲ ਉਹਦੀ ਲੋਕੀਸ਼ਪੀ ਮਨਸ਼ਾ ਇਹੀ ਹੈ ਵੀ ਸਾਰੇ ਦੇਸ਼ ਨੂੰ ਕਾਰਪੋਰੇਟ ਘਰਾਣੇ ਹੁੰਦੇ ਤਾਂ ਜਾਵੇ ਜਾਂ ਹਰ ਸੂਬੇ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਜਾਵੇ ਵੀ ਉੱਥੇ ਭਾਜਪਾ ਦੀ ਸਰਕਾਰ ਬਣੇ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨਸ ਡਿਊ ਨੇ ਜੀ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਆ ਜਿਹੜਾ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵਿੱਚ ਲੈ ਕੇ ਸ਼ਰਿਆਮ ਇੱਕ ਤਾਂ ਦੀ ਲੁਕੀ ਛੁਪੀ ਕੋਈ ਸਾਜ਼ਿਸ਼ ਬਿਲਕੁਲ ਸ਼ਰਿਆਮ ਜੋ ਚੱਲ ਰਿਹਾ ਹੈ ਉਹ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਵੀ ਮੋਦੀ ਸਰਕਾਰ ਭਾਜਪਾ ਸਰਕਾਰ ਜਿਹਦੀ ਬੈਕ ਦੇ ਉੱਤੇ ਆਰਐਸਐਸ ਹੈ ਉਹਦੇ ਜਿਹੜੇ ਮਨਸੂਬੇ ਨੇ ਉਹ ਬਹੁਤ ਗਲਤ ਹੈ ਤੁਸੀਂ ਠੀਕ ਹੀ ਬਿਲਕੁਲ ਰਿਲੇਟ ਕੀਤਾ ਇਹਨਾਂ ਨੂੰ ਸਭ ਤੋਂ ਪਹਿਲਾਂ ਖੇਤੀ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਆਉਣਾ ਉਹਦੇ ਵਿੱਚ ਉਸ ਤੋਂ ਬਾਅਦ ਜਿਹੜੀਆਂ ਇਹ ਘਟਨਾਵਾਂ ਹੋਰੀਆਂ ਨੇ ਜਿਵੇਂ ਇੱਕ ਤਾਂ 26 ਜਨਵਰੀ ਦੀ ਮੈਂ ਕਦੇ ਘਟਨਾ ਨਹੀਂ ਪੁਲਿਸ ਦਾ ਪਿਛਲੇ ਸਾਲ ਜਿਹੜੀ ਹੋਈ ਤੇ ਵੀ ਉਹਦੇ ਵਿੱਚ ਬਿਲਕੁਲ ਹੀ ਇਹਨਾਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਲਏ ਗਏ ਸ਼ਾਂਤਮਈ ਪ੍ਰੋਟੈਸਟ ਨੂੰ ਦੇਖਦਿਆਂ ਡਰ ਕੇ ਉਨੂੰ ਵਾਇਲੈਂਟ ਕੀਤਾ ਔਰ ਉਸ ਤੋਂ ਬਾਅਦ ਜਿਹੜੇ ਲੋਕ ਜ਼ਿੰਮੇਵਾਰ ਸੀਗੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਆ ਰਿਹਾ ਉਸ ਤੋਂ ਬਾਅਦ ਜਿਹੜੀ ਲਖੀਮਪੁਰ ਖੀਰੀ ਦੀ ਘਟਨਾ ਹੋਈ ਹੈ ਉਹ ਵੀ ਡਰਾਉਣ ਵਾਸਤੇ ਇਸ ਐਜੀਟੇਸ਼ਨ ਨੂੰ ਸੈਟਬੈਕ ਪਹੁੰਚ ਜਾਣ ਲਈ ਹੋਈ ਹੈ ਤੀਸਰੀ ਜਿਹੜੀ ਸਿੰਘੂ ਬਾਰਡਰ ਦੀ ਆ ਹੁਣ ਤਖਵੀਰ ਸਿੰਘ ਦੀ ਮਰਡਰ ਵਾਲੀ ਘਟਨਾ ਉਹ ਵੀ ਸਾਫ਼ ਸਪਸ਼ਟ ਆ ਰਿਹਾ ਹੈਗਾ ਵੀ ਇਹਨਾਂ ਦੇ ਵੱਲੋਂ ਇਹ ਕਰਵਾਇਆ ਜਾ ਰਿਹਾ ਇਸ ਤਰੀਕੇ ਨਾਲ ਤਾਂ ਕੇ ਜੁਕਤ ਕਿਸਾਨ ਮਰਚੇ ਦੀ ਇਸ ਜਿਹੜੀ ਐਜੀਟੇਸ਼ਨ ਸ਼ਾਂਤਮਈ ਐਜੀਟੇਸ਼ਨ ਨੂੰ ਲੋਕ ਇਹ ਕਹਿ ਕੇ ਪ੍ਰਚਾਰ ਕਰਨ ਵੀ ਜਿਵੇਂ ਇਹ ਪਹਿਲਾਂ ਕਹਿੰਦੇ ਸੀਗੇ ਵੀ ਇਹ ਇਹਦੇ ਜਖਾਲਸਤਾਨੀ ਅਤਵਰਦੀ ਸ਼ਾਮਲ ਨੇ ਵੀ ਉਹ درست ਅਸੀਂ ਸਾਬਤ ਕਰ ਸਕੀਏ ਤੋਂ ਨਿੰਦਨਯੋਗ ਗੱਲਾਂ ਆ ਲੇਕਿਨ ਇੱਕ ਮੈਂ ਸਮਝਣਾ ਸ਼ੇਰ ਗਿਲਸਾਹਬ ਵੀ ਪੰਜਾਬ ਕੀ ਭਾਰਤ ਦੇ ਲੋਕ ਹੌਲੀ-ਹੌਲੀ ਇਸ ਗੱਲ ਤੋਂ ਜਾਗਰੂਕ ਹੋ ਰਹੇ ਆ ਸ਼ਹਿਰ ਮੋਦੀ ਦੇ ਸੁਪਨੇ ਸਕਾਰ ਨਾ ਹੋਣ ਉਹਨਾਂ ਨੂੰ ਇਹ ਕਦਮ ਵਾਪਸ ਲੈਣੇ ਪੈਣਗੇ ਜੀ ਪ੍ਰਿੰਸੀਪਲ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹਨਾਂ ਸਾਡੇ ਨਾਲ ਪ੍ਰਿੰਸੀਪਲ ਜੇਪੀ ਸਿੰਘ ਜੀ ਜਿਨ੍ਹਾਂ ਨੇ ਇਸ ਸਾਰੇ ਮੁੱਦੇ ਤੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆ ਗਿਆ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬੰਨੀਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।